ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਮੈਂ ਨਾ ਅੱਜ ਤੁਹਾਡੇ ਸਾਹਮਣੇ ਇੱਕ ਲੋਕ ਗੀਤ ਪੇਸ਼ ਕਰਨ ਜਾ ਰਹੀਆਂ ਜਿਸ ਦੇ ਵਿੱਚ ਕੀ ਹੁੰਦਾ ਦੋ ਭੈਣ ਭਰਾ ਹੁੰਦੇ ਨੇ ਭੈਣ ਦਾ ਨਾਂ ਹੰਸੋ ਤੇ ਭਰਾ ਦਾ ਨਾਂ ਹੰਸਾ ਭੈਣ ਆਪਣੇ ਵੀਰ ਨੂੰ ਕਹਿੰਦੀ ਵੀ ਵੀਰ ਤੂੰ ਮੈਨੂੰ ਮਿਲਣ ਕਰ ਦੋ ਆਏਗਾ ਉਹਦਾ ਵੀਰ ਉਹਨੂੰ ਮਿਲਣ ਵਾਸਤੇ ਆਉਂਦਾ ਜਦੋਂ ਤੇ ਉਹ ਉਹਦੀ ਨਾਨਾ ਨੂੰ ਪਜਾ ਕੇ ਲੈ ਜਾਂਦਾ ਜਦੋਂ ਉਹ ਉਹਦੀ ਨਾਨਾ ਨੂੰ ਪਜਾ ਕੇ ਲੈ ਜਾਂਦਾ ਤੇ ਹੰਸੋ ਦੇ ਜਿਹੜੇ ਸਹੁਰੇ ਹੁੰਦੇ ਨੇ ਉਹ ਉਹਨੂੰ ਕਤਲ ਕਰ ਵੱਢ ਦਿੰਦੇ ਨੇ ਯਾਨੀ ਕਿ ਕਤਲ ਕਰ ਦਿੰਦੇ ਨੇ ਚਰਾਏ ਦੇ ਵਿੱਚ ਤੇ ਇਹ ਜਿਹੜੇ ਪੁਰਾਣੇ ਲੋਕ ਗੀਤ ਨੇ ਇਹ ਸਾਨੂੰ ਸਿੱਖਿਆ ਦੇਣ ਵਾਸਤੇ ਨੇ ਕਿਉਂਕਿ ਜਦੋਂ ਸਮਾਜ ਨੂੰ ਚਲਾਉਣ ਵਾਸਤੇ ਕੁਝ ਕੁ ਮਰਿਆਦਾ ਹੋਣੀਆਂ ਚਾਹੀਦੀਆਂ ਚ ਹੁੰਦੀਆਂ ਨੇ ਜਿਹੜੀਆਂ ਮਰਿਆਦਾ ਸਾਨੂੰ ਸਭ ਨੂੰ ਮੰਨਣੀਆਂ ਪੈਂਦੀਆਂ ਨੇ ਤੇ ਜਿਹੜੀਆਂ ਮਰਿਆਦਾ ਨਾ ਮਨ ਨੂੰ ਮੰਨਣ ਕਰਕੇ ਸਾਡਾ ਸਮਾਜ ਸੁਖਾਲਾ ਵਸਦਾ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜੋ ਸੰਗੀਤ ਹੁੰਦਾ ਸੀ ਉਹਦੇ ਵਿੱਚ ਕਿਸੇ ਗਾਏ ਜਾਂਦੇ ਸਨ ਵਾਰਾਂ ਗਾਈਆਂ ਜਾਂਦੀਆਂ ਸਨ ਢੱਡ ਸਰੰਗੀ ਕਵੀਸ਼ਰੀ ਗਾਈ ਜਾਂਦੀ ਸੀ ਤੇ ਉਹਦੇ ਵਿੱਚ ਨੇਕ ਨੇਕ مطلب ਜਿਹੜੀਆਂ ਗੱਲਾਂ ਸਨ ਉਹ ਕੀਤੀਆਂ ਜਾਂਦੀਆਂ ਸਨ ਤਾਂ ਕਿ ਬਜਵਾਨ ਜਿਹੜੀ ਉਮਰ ਹੁੰਦੀ ਹੈ ਉਹਨੂੰ ਸੰਗੀਤ ਬਹੁਤ ਜ਼ਿਆਦਾ ਪ੍ਰੇਰਦਾ ਤੇ ਉਹ ਚੰਗੀਆਂ ਬਾਤਾਂ ਸੁਣਨ ਤੇ ਚੰਗਾ ਹੀ ਉਹ ਆਪਣਾ ਕਮਾਅ ਤੇ ਚੰਗਾ ਹੀ ਹੰਡਾਉਣ ਤੇ ਇਸ ਸਮਾਜ ਨੂੰ ਸੁਖਾਲਾ ਬਣਾਉਣ ਤੇ ਜਿਵੇਂ ਕਿ ਤੁਸੀਂ ਅੱਜ ਦੇਖਦੇ ਹੋ ਅੱਜ ਦੇ ਸੰਗੀਤ ਦੇ ਵਿੱਚ ਤੁਸੀਂ ਕੋਈ ਬਾਹਰੀਆਂ ਜਿਹੜੇ ਅੱਜਕੱਲ ਜਵਾਨ ਬੱਚੇ ਜੋ ਸੁਣਨਾ ਪਸੰਦ ਕਰਦੇ ਨੇ ਉਹਦੇ ਵਿੱਚ ਤੁਸੀਂ ਜਾਣਦੇ ਹੀ ਹੋ ਕਿ ਕਿਵੇਂ ਨਸ਼ੇ ਦੀ ਵਿਸ਼ੇ ਦੀ ਮੁਸ਼ਕ ਦੀ ਇਸ਼ਕ ਦੀ ਗੱਲ ਕੀਤੀ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਪੁਰਾਣੀਆਂ ਜੋ ਵੀ ਲੋਕ ਸੰਗੀਤ ਸੀ ਸਾਡਾ ਉਹ ਸਾਨੂੰ ਸਿੱਖਿਆ ਦੇਣ ਲਈ ਤੇ ਸਾਡੇ ਸਮਾਜ ਨੂੰ ਬਹੁਤ ਵਧੀਆ ਤਰੀਕੇ ਨਾਲ ਸੁਖਾਲਾ ਬਣਾਉਣ ਲਈ ਹੀ ਪੇਸ਼ ਕੀਤਾ ਜਾਂਦਾ ਸੀ ਜੀ ਲੋ ਜੀ ਹੁਣ ਪੇਸ਼ ਹੈ ਜੀ ਲੋਕਗੀਤ ਅੰਸੀਆਂ ਪਾਵਦੀ ਵੇ ਕਾਗਯੋ ਡਾਮਦੀ ਵੇ ਹੰਸਾ ਵੀਰ ਮੇਰੇ ਆ ਕਦੋਂ ਆਵੇਂਗਾ ਵੀਰਾ ਕੱਜ ਨਾ ਆਮਦਾਨੀ ਕੱਲ ਨਾ ਆਮਦਾਨੀ ਨੀ ਹੰਸੋ ਪੈ ਮੇਰੀਏ ਪਰਸੋਂ ਆਵਾ

ਪਰਾ ਕੀ ਕੁਝ ਲਿਆਓ ਵੇ ਮੇਰੀ ਸੱਸ ਲਈ ਵੇ ਅੰਸਾ ਵੀਰ ਮੇਰਾ ਕੀ ਕੁਝ ਲਿਆਓ ਸੁੱਚਾ ਤੇਵਰੇ ਸੁੱਚਾ ਜੇਵਰੇ ਨੀ ਤੇਰੀ ਸਸ ਲਈ ਹੰਸੋਂ ਪੈਣੇ ਮੇਰੀਏ ਨਾ ਲੜਹਾਰ ਕੋਠੇ ਚੜ੍ਹ ਕੇ ਵੇ ਹੰਸੋ ਕੁਕਦੀ ਵੇ ਹਾਲੂ ਪੁਕਾਰਦੀ ਹੰਸ ਲਗਿਆ ਲੋਕੋ ਕੱਢ ਕੇ ਕਿੱਥੇ ਖਾਦਿਆਂ ਵੀਰਾ ਕਿੱਥੇ ਪੱਕੀਆਂ ਵੇ ਹੰਸ ਆ ਵੀਰੇ ਮੇਰੇ ਆ ਕਿੱਥੇ ਕਟੀਆਂ ਤਾਨੂੰ ਪਤਾ ਹੈ ਵੀ ਪੈਣਾ ਨੂੰ ਭਰਾਵਾਂ ਨਾਲ ਕਿੰਨਾ ਪਿਆਰ ਹੁੰਦਾ ਹੈ ਪੈਣ ਨੂੰ ਫਿਰ ਵੀ ਫਿਕਰ ਹੈ ਭਰਾ ਦਾ ਕਿ ਉਹਨੂੰ ਪੁੱਛਦੀ ਏ ਕਿ ਕਿੱਥੇ ਪੱਕੀਆਂ ਤੇ ਕਿੱਥੇ ਖਾਦੀਆਂ ਤੇ ਕਿੱਥੇ ਰਹਾਤਾ ਨੇ ਏਰੀਆ ਕੱਟੀਆਂ ਵੀਰੇ ਕਿ ਉਹ ਅੱਗੋਂ ਕਹਿੰਦਾ ਵੀ ਟੱਕੀਏ ਜਿੱਥੇ ਟਾਕੂਗੇ ਹੋਣ ਤੇ ਜੰਗਲ ਹੋਵੇ ਵੀ ਟੱਕੀਏ ਖਾਦੀਆਂ ਤੇ ਟੱਕੀਏ ਪੱਖੀਆਂ ਤੇ ਟੱਕੀਏ ਹੀ ਰਹਾਤਾ ਹਨੇਰੀਆ ਕੱਟੀਆਂ ਜਿਵੇਂ ਕਿੱਥੇ ਪੱਕੀਆਂ ਵੇ ਕਿੱਥੇ ਖਾਦੀਆਂ Takhiya ni hanso pere mere, takhiye katiya ni ratangudiya, takhiye paqiya ni takhiye khadiya. ਕਟਿਆ ਨੀ ਰਤ ਗੁੜੀਆਂ ਕੋਠੇ ਝੜਕੂਕ ਦੇ See our poverty. ਕਿ ਆਵਨ ਪਹਿਰੇ ਤੇਰੇ ਜੈਸਨੀ ਅਜਨੈਮ ਗਿਆ ਤੁਹਾਨੂੰ ਮੇਰਾ ਇਹ ਗੀਤ ਲੋਕ ਗੀਤ ਤੇ ਕਿਵੇਂ ਲੱਗੀ ਤੁਹਾਨੂੰ ਇਸ ਦੇ ਵਿੱਚ ਲੀ ਸਿੱਖਿਆ ਅਗਰ ਇਹ ਤੁਹਾਨੂੰ ਮੇਰਾ ਗੀਤ ਪਸੰਦ ਆਇਆ ਹੋਵੇ ਤੇ ਲਾਈਕ ਵੀ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ